ਕਲੋਨੀਅਲਿਜ਼ਮ ਦੀ ਗੱਲ ਕਰ ਰਹੇ ਸੀ ਹਨ 15th ਸੈਂਚਰੀ ਦੇ ਅੰਤ ਦੇ ਹਨ ਕ੍ਰਿਸਟੋਫਰ ਕੋਲੰਬਸ ਆਪਾਂ ਕਹਿੰਦੇ ਹਾਂ ਕਿ ਸੁਣਦੇ ਆ ਕਿ ਡਿਸਕਵਰ ਕੀਤੀ ਸੀ ਅਮਰੀਕਾ ਹਨ ਬਈ ਨਾਰਥ ਅਮਰੀਕਾ ਚ ਨਹੀਂ ਵੜਿਆ ਸੀ ਉਹ ਲੁਕੀ ਆਪਾਂ ਨੂੰ ਮਿਸਕਨਸੈਪਸ਼ਨ ਆਣਾ ਕਿ ਉਹ ਨਾਰਥ ਅਮਰੀਕਾ ਚ ਡਿਸਕਵਰ ਕੀਤਾ ਕੋਣੀ ਸਿਰਫ ਸੈਂਟਰਲ ਅਮਰੀਕਾ ਤੇ ਸਾਊਥ ਅਮਰੀਕਾ ਦਾ ਕੁਝ ਪਾਰਟ ਤੇ ਕਰੇਬੀਅਨ ਸਾਰੀਆਂ ਐਨ ਐਕਸਪਲੋਰ ਕੀਤੀ ਸੀ ਤੇ ਉਹ 1492 ਦੇ ਵਿੱਚ ਪਹਿਲੀ ਵਾਰ ਆਇਆ ਸੀਗਾ ਜਿਵੇਂ ਕਹਿ ਰਿਹਾ ਕਿ ਇਹਨਾਂ ਦਾ ਤੱਕਾ ਹੋਇਆ ਨਾ ਤੱਕਾ ਕ੍ਰਿਸਟੋਫਰ ਕੋਲੰਬਸ ਨੇ ਬਹੁਤ ਤੱਕਾ ਕੀਤਾ ਜਦੋਂ ਇਹ ਪਹਿਲੀ ਵਾਰੀ ਇੱਥੇ ਆਇਆ ਕੈਰੀਬੀਅਨ ਦੇ ਵਿੱਚ ਆ ਬਹਾਮਾਸ ਕਹਿੰਦੇ ਨੇ ਜਿਹਨੂੰ ਹੁਣ ਆਪਾਂ ਹਾਂ ਉੱਥੇ ਜਾ ਕੇ ਇਹਨੇ ਟਾਇਨੋ ਨਾਮ ਦੇ ਗਰੁੱਪ ਸੀਗਾ ਉੱਥੇ ਇਹਨਾਂ ਦੇ ਇੰਡੀਜਨਸ ਪੀਪਲ ਦਾ ਨਾ ਉੱਥੇ ਉਹਨਾਂ ਨੇ ਅ ਪਹਿਲਾਂ ਇਹਨਾਂ ਨੂੰ ਮਤਲਬ ਉਹਨਾਂ ਨੇ ਵੈਲਕਮ ਕੀਤਾ ਵਧੀਆ ਇਹਨਾਂ ਨੇ ਟ੍ਰੇਡ ਵੀ ਕੀਤਾ ਉਹਨਾਂ ਨੇ ਇਹਨਾਂ ਨਾਲ ਕਿ ਤੁਸੀਂ ਸਾਨੂੰ ਦਿਓ ਖਾਣ ਪੀਣ ਨੂੰ ਸਮਾਨ ਦਿਓ ਹਨਾ ਬਾਅਦ ਵਿੱਚ ਉਹਨਾਂ ਨੂੰ ਇਨਸਲੇਵਡ ਕਰ ਇਨਸਲੇਵ ਕਰ ਲਿਆ ਉਹਨਾਂ ਦੀ ਟੈਰਿਟਰੀ ਨੱਪਣ ਲੱਗ ਗਏ ਉਹਨਾਂ ਦੇ ਜਵਾਗ ਮਾਰਦੇ ਹਨਾ ਮਤਲਬ ਕੀ ਮਤਲਬ ਆਪੇ ਕੰਮਗੋ ਹੋ ਸਕਦੇ ਆ ਹਾਂ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਇਹਨਾਂ ਨਾਲ ਧੱਕਾ ਕੀਤਾ ਇਹਨਾਂ ਨਾਲ ਰਜ ਕਿਉਂ ਉਹਨਾਂ ਨੇ ਮਤਲਬ ਇਹਨਾਂ ਨਾਲ ਕਤਲੇਆਮ ਕੀਤਾ ਆ ਕੇ ਕ੍ਰਿਸਟੋਫਰ ਕੋਲੰਬਸ ਨੇ ਤੇ ਉਹ ਚਾਰ ਵਾਰ ਹੀ ਆਇਆ ਕ੍ਰਿਸਟੋਫਰ ਕੋਲੰਬਸ ਤੇ ਉਹਦੀਆਂ ਚਾਰ ਵਾਜਾਂ ਹੋਈਆਂ ਜਿਹੜੀਆਂ ਤੇ 500 1500 ਚਾਰ ਵਾਰੀ 1500 ਚਾਰ ਵਿੱਚ ਉਹ ਆਇਆ ਜਦੋਂ ਤੇ ਆਪਾਂ ਕਹਿੰਦੇ ਜਿਵੇਂ ਸਾਇੰਸ ਓਕੇ ਜਿਹੜੀ ਇਹ ਕ੍ਰਿਸਟੋਫਰ ਕੋਲੰਬਸ ਆਦੋਂ ਜਦੋਂ ਆਇਆ ਸੀ ਨਾ ਕਲੋਨੀਜ਼ਮ ਹੋਇਆ ਸੀਗਾ ਉਦੋਂ 올ਡ ਵਰਲਡ ਕਹਿੰਦੇ ਸੀ 올ਡ ਵਰਲਡ ਮਤਲਬ ਏਸ਼ੀਆ ਅ ਤੇਰੀ ਅਫਰੀਕਾ ਤੇ ਯੂਰਪ ਇਹਨੂੰ 올ਡ ਵਰਲਡ ਕਹਿੰਦੇ ਸੀ ਕਿਉਂਕਿ ਇੱਥੇ ਸਿਵਲਾਈਜੇਸ਼ਨਾਂ ਸੀਗੀਆਂ ਕਲਚਰ ਸੀਗੇ ਹਨ ਤੇ ਇੱਥੇ ਥੋੜਾ ਜਿਹਾ ਅੱਗੇ ਸੀਗਾ ਕੰਮ ਐਡਵਾਂਸ ਸੀਗਾ ਤੇ ਜਦੋਂ ਇਹ ਇੱਥੇ ਆਇਆ ਸੀ ਅਮਰੀਕਾਸ ਦੇ ਵਿੱਚ ਇੱਥੇ ਸਿਰਫ ਇੰਡੀਜਨਸ ਪੀਪਲ ਸੀਗੇ ਓਕੇ ਤੇ ਇਹਨਾਂ ਨੂੰ ਨਿਊ ਵਰਲਡ ਕਹਿੰਦਾ ਸੀ ਕਿ ਬਈ ਨਵੀਂ ਥਾਂ ਲੱਭ ਗਈ ਸਾਨੂੰ ਓਕੇ ਤੇ ਇਹਨਾਂ ਨੂੰ ਤਾਂ ਹੀ ਕਰਕੇ ਵੀ ਇੱਥੇ ਸਪੈਨਿਸ਼ ਦੇ ਝੰਡੇ ਥੱਲੇ ਆਇਆ ਸੀ ਕਿ ਸਪੇਨ ਦੇ ਥੱਲੇ ਆਇਆ ਸੀਗਾ ਕਲੋਨੀਆ ਕਲੋਨੀ ਦੇ ਰਾਜ ਕਰਨ ਵਾਸਤੇ ਕਿ ਬਈ ਅਸੀਂ ਰਿਸੋਰਸ ਲੈ ਕੇ ਜਾਵਾਂਗੇ ਉਹ ਹਾਂ ਉਹ ਤੋਂ ਕਹਿੰਦੇ ਬਹੁਤ ਨੇਟਿਵ ਮਾਰੇ ਨੇ ਬਹੁਤ ਬਹੁਤ ਜ਼ਿਆ 1504 ਦੀ ਗੱਲ ਦੱਸਦਾ ਲਾਸਟ ਵਾਇਸ ਸੀ ਇਹਦੀ ਹਨਾ ਲਾਸਟ ਵਾਰੀ ਆਇਆ ਇਹ ਜਦੋਂ ਉਹਨੂੰ ਇਹ ਜਮੈਕਾ ਦੇ ਵਿੱਚ ਕਹਿੰਦੇ ਸ਼ਿਪ ਵਾਰਮ ਹੁੰਦੀ ਆ ਹਨਾ ਜਿਵੇਂ ਸਿਉਂਖ ਲੱਗ ਜਾਂਦੀ ਆ ਇਹਦੇ ਸ਼ਿਪਾਂ ਨੂੰ ਸ਼ਿਪ ਵਾਰਮ ਲੱਗੀ ਤੇ ਇਹਨਾਂ ਨੂੰ ਉੱਥੇ ਛੱਡਨੇ ਪੈ ਗਏ ਜਮੈਕਾ 'ਚ ਖੜ ਗਏ ਤੇ ਉਹ ਲੋਕ ਕੀ ਉੱਥੇ ਕੋਈ ਅਵਾਰਕਾ ਨਾਮ ਦਾ ਕੋਈ ਆਏ ਨਾਮ ਦਾ ਟ੍ਰਾਈਬ ਸੀਗਾ ਉਹ ਬੰਦੇ ਇੰਨੇ ਚੰਗੇ ਸੀ ਇਹਨਾਂ ਨੂੰ ਖਾਣਾ ਦਿੱਤਾ ਉਹਨਾਂ ਨੇ ਵੀ ਇਹ ਫਸ ਗਏ ਹਾਂ ਤੇ ਰੋਟੀ ਮਾਣੀ ਦਿੱਤਾ ਬਾਅਦ ਵਿੱਚ ਉਹਨਾਂ ਨੇ ਇਹ ਜਦੋਂ ਪਤਾ ਲੱਗਿਆ ਕਿ ਇਹ ਤਾਂ ਜਾਂਦੇ ਨਹੀਂ ਇੱਥੋਂ ਹਾਂ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਰੋਕਤਾ ਸਾਰਾ ਕੁਝ ਕਿ ਵੀ ਅਸੀਂ ਦੇਣਾ ਹੀ ਕੁਝ ਨਹੀਂ ਹੋਂ ਇਹਨਾਂ ਨੂੰ ਤੇ ਉਦੋਂ ਸਕੀਮ ਲਾ ਗਿਆ ਕ੍ਰਿਸਟੋਫਰ ਕੰਬਸ ਜਿਵੇਂ ਹੁਣ ਆਪਾਂ ਕਹਿੰਦੇ ਆ ਕਿ ਉੱਥੇ ਐਡਵਾਂਸ ਸੀਗਾ ਜਿੱਥੋਂ ਆਇਆ ਸੀ ਇਹ ਹਨਾ ਇੱਕ ਜੋਹਨਸਨ ਜੋਹਨਸਨ ਨਾਮ ਜੋਹਨਸਨ ਮੂਲਰ ਨਾਮ ਦਾ ਬੰਦਾ ਸੀ ਜਰਮਨ ਮੈਥਮੈਟਿਸ਼ੀਅਨ ਤੇ ਐਸਟਰੋਨੋਮਰ ਸੀਗਾ ਹਨਾ ਤੇ ਉਹ ਬੰਦਾ ਉਹਨੇ ਬੁੱਕ ਲਿਖੀ ਹੋਈ ਸੀ ਐਸਟਰੋਨੋਮੀ ਦੇ ਤੇ ਇਹਨੇ ਪੜ੍ਹੀ ਵੀ ਸੀ ਤੇ ਇਹ ਉਹਨਾਂ ਨੂੰ ਕਹਿੰਦਾ ਕਿ ਲੂਨਰ ਇਕਲਿਪਸ ਹੋਊਗੀ ਟੋਟਲ ਲੂਨਰ ਇਕਲਿਪਸ ਬਹੁਤ ਰੇਅਰ ਹੁੰਦੀ ਹੈ ਨਾ 2.5 ਸਾਲ ਦੇ ਵਿੱਚ ਇੱਕ ਵਾਰੀ ਹੁੰਦੀ ਹੈ ਜਦੋਂ ਚੰਦਰਮਾ ਜਾਂ ਜਿਹੜੀ ਆਹ ਜਿਹੜਾ ਸੂਰਜ ਹੁੰਦਾ ਤੇ ਧਰਤੀ ਇੱਕ ਅਲਾਈਨਮੈਂਟ ਅਲਾਈਨ ਹੋ ਜਾਂਦੀ ਹੈ ਕਲਾਈਨ ਤੇ ਉਸ ਦਿਨ ਤੁਹਾਨੂੰ ਪਤਾ ਕਹਿੰਦੇ ਜਿਹੜਾ ਚੰਦ ਹੁੰਦਾ ਉਹ ਲਾਲ ਹੋ ਜਾਂਦਾ ਬਲੱਡ ਰੈੱਡ ਹੋ ਜਾਂਦਾ ਜਮਾ ਮਤਲਬ ਡਾਰਕ ਸਪੌਟ ਦੀੰਦੇ ਵਿੱਚ ਤੇ ਲਾਲ ਰੰਗ ਦਾ ਹੋ ਜਾਂਦਾ ਤੇ 29 ਫਰਵਰੀ 1504 ਦੀ ਗੱਲ ਆ ਹਨਾ ਇਹ ਬੰਦੇ ਨੂੰ ਪਤਾ ਸੀਗਾ ਕਿ 1 ਮਾਰਚ ਨੂੰ ਇਹ ਜੀਜ ਹੋਣ ਵਾਲੀ ਹੈ ਉਹ ਚੱਕ ਕੇ ਉਹਨਾਂ ਨੂੰ ਕਹਿੰਦਾ ਕਿ ਮੇਰਾ ਜਿਹੜਾ 크੍ਰਿਸਚਨ ਰੱਬ ਆ 크੍ਰਿਸਚਨ ਗੋਡ ਆ ਜਿਹੜਾ ਮੇਰਾ ਹਾਂ ਉਹ ਉਹ ਹਾਂ ਉਹਦੇ ਨਾਲ ਮੇਰੀ ਗੱਲ ਹੋਈ ਆ ਕਿ ਜੇ ਤੁਸੀਂ ਸਾਨੂੰ ਨਾਂ ਨਾਜ ਦਿੱਤਾ ਤਾਂ ਤੁਹਾਨੂੰ ਉਹ ਮਾਰ ਦੂਗਾ ਇੱਥੇ ਮਤਲਬ ਇੱਥੇ ਮਾਰ ਮਾਰੀ ਆ ਜਾਊਗੀ ਹਾਂ ਲੀਤੇ ਹੋ ਜੂਗੀ ਤੇ ਉਹ ਕਹਿੰਦਾ ਕਿ ਜਦੋਂ ਉਹ ਡਰ ਗਏ ਕਈ ਤਾਂ ਵਿੱਚ ਹੁੰਦੇ ਆ ਜਿਵੇਂ ਸੋਚਦੇ ਵੀ ਹੁੰਦੇ ਕਿ ਆਮੇ ਮਾਰੀ ਜਾਂਦਾ ਉਹ ਪੁਰਾਣਾ ਟਾਈਮ ਸੀ ਯਾਰ ਡਰਨਾ ਹੀ ਐ ਮੋਸਟ ਲੋਕਾਂ ਨੇ ਕਈ ਮੋਸਟ ਡਰ ਗਏ ਹਨਾ ਤੇ ਰੌਲਾ ਪੈ ਗਿਆ ਅੱਛਾ ਰੌਲਾ ਉਦੋਂ ਪਿਆ ਜਦੋਂ ਵਾਕਈ 1 ਮਾਰਚ ਹੋਇਆ ਜਦੋਂ ਉਹ ਸਹੀ ਹੋ ਗਿਆ ਜਦੋਂ ਉਹ ਚੀਜ਼ ਹੋ ਗਈ ਹਨਾ ਲੂਨਰ ਇਕਲੀਪਸ ਟੋਟਲ ਗਲਨੈਕਸ ਹੋਈ ਜਾਣਾ ਤੇ ਉਹਨੇ ਤਾਂ ਪੜਿਆ ਹੋਇਆ ਸੀ ਉੱਥੇ ਲੋਕੀ ਹਵੜਾ ਦਹੜੀ ਮਚ ਗਈ ਹਨਾ ਤੇ ਉਹ ਕਹਿੰਦੇ ਵੀ ਲਾਲ ਲੂਲ ਹੋ ਗਈ ਸਕਾਈ ਸਾਰੀ ਜਾਂ ਸਕਾਈ ਮਤਲਬ ਪਹਿਲਾਂ ਨੇਰਾ ਹੋ ਜਾਣਾ ਫਿਰ ਰੈੱਡ ਹੋ ਗਿਆ ਮੂਨ ਤੇ ਇਹ ਸਾਰੇ ਡਰ ਗਏ ਸਹਿਮ ਕੇ ਕਿ ਕੇ ਵੀ ਗਲਤ ਸਹੀ ਹੋ ਗਈ ਇਹਦੀ ਵੀ ਇਹਦਾ ਰੱਬ ਕਹਿੰਦਾ ਮਾਰ ਦੂੰਗਾ ਤੁਹਾਨੂੰ ਸਾਰਾ ਹੁਣ ਤੇ ਉਹਨੂੰ ਬਚਰ ਮੈਂ ਤਾਂ ਕੱਢਣ ਲੱਗ ਗਿਆ ਕਿ ਅਸੀਂ ਤੈਨੂੰ ਦਿੰਦੇ ਆਂ ਨਾ ਅੱਜ ਬਿਆਨਗਰ ਫਿਰ ਕਹਿੰਦਾ ਚੱਲੂ ਮੈਨੂੰ ਮੇਰੇ ਰੱਬ ਨਾਲ ਗੱਲ ਕਰਨ ਦੇ ਉਹ ਫਿਰ ਆਪਦੇ ਕੈਬਿਨ 'ਚ ਕਹਿੰਦੇ 50 ਮਿੰਟ ਬੈਠਾ ਰਿਆ ਉਦੋਂ ਨਾ ਉਹ ਹੁੰਦਾ ਸੀ ਕੀ ਕਹਿੰਦੇ ਹੁੰਦੇ ਆਪਾਂ ਜਿਵੇਂ ਮਿੱਟੀ ਜਿਹਾ ਨਹੀਂ ਹੁੰਦਾ ਆਵਰ ਆਵਰ ਕਲਾਸ ਹਾਂ ਆਵਰ ਕਲਾਸ ਹੁੰਦਾ ਸੀ ਜਿਵੇਂ ਘੰਟਾ ਆਪਾਂ ਵੇਖਦੇ ਆਂ ਵੀ ਘੰਟਾ ਲੰਘ ਗਿਆ ਨਾ ਕਹਿੰਦੇ ਉਹ ਬੰਦੇ ਨੇ ਉਹਦੇ ਹਿਸਾਬ ਨਾਲ ਨੋਟ ਕੀਤਾ ਵੀ ਕਦੋਂ ਇਕਲਿਪਸ ਖਤਮ ਹੋ ਜੂਗੀ ਜਦੋਂ ਅੱਧਾ ਕਿ ਸੂਰਜ ਅੱਧਾ ਕਿ ਚੰਦ ਬਾਹਰ ਆ ਗਿਆ ਉਹਨੂੰ ਬਾਹਰ ਆ ਗਿਆ ਕਹਿੰਦਾ ਵੀ ਤੁਹਾਨੂੰ ਮਾਫ ਕਰੀ ਗੱਲ ਹਾਂ ਮਤਲਬ ਮੈਨੂੰ ਮੈਨੂਪਲੇਟ ਕੀਤਾ ਇੱਕ ਤੋ ਤੱਕ ਮੈਨੂੰਨੀਪਲੇਟ ਕੀਤੇ ਹੋਏ ਆ ਵੀ ਹਿਸਟਰੀ ਦੇ ਵਿੱਚ ਵੀ ਜੇ ਆਪਾਂ ਵੇਖੀਏ ਤਾਂ ਤੇ ਹਾਂ ਕਲੋਨੀਅਲਿਜ਼ਮ ਉਹਨੂੰ ਮਤਲਬ ਬੜੇ ਵਾਰ ਹੋਏ ਇਹਨਾਂ ਨਾਲ ਮਤਲਬ ਵਾਰ ਇਨ ਦੀ ਸੈਂਸ ਕਿ ਵਾਰ ਕੀ ਇਹ ਵੀ ਵਿਚਾਰੇ ਰਿਟਾਲੀਏਟ ਕਰਦੇ ਮਤਲਬ ਕਰਦੇ ਸੀ ਮੂਰੇ ਨੂੰ ਕੁਛ ਕਰ ਕੁਛ ਤਾਂ ਲੜਾਈ ਜੇ ਅੱਗੇ ਮੂਰੇ ਮੂਰੇ ਮਾਰੋਂਗੇ ਤਾਂ ਇਹ ਵੀ ਕੁਛ ਕਰਨਗੇ ਤੇ ਇਹ ਵੀ ਕਰਦੇ ਸੀ ਪਰ ਉਹਨਾਂ ਨੇ ਨੁਕਸਾਨ ਨਾਲ ਜ਼ਿਆਦਾ ਕੀਤਾ ਆਹੋ ਫਿਰ ਉਹੀ ਹੁਣ ਯਾਰ ਨੁਕਸਾਨ ਤੁਸੀਂ ਸਾਲਾ ਸ਼ੁਰੂ ਤੋਂ ਨੁਕਸਾਨ ਹੀ ਚੱਲਦੇ ਆ ਰਹੇ ਹੋ ਤਾਂ ਫਿਰ ਉਹ 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 ਨਹੀਂ ਔਰ ਚਾਹਣਾ ਹਨਾ ਚਾਹੁੰਦੇ ਵੀ ਕਿ ਤੁਸੀਂ ਕੰਟੈਕਟ ਕਰੋ ਉਹਨਾਂ ਨਾਲ